حرم کی دیوار دیکھ کر بھی سمجھ نہ پایا کہ راز کیا ہے. Hallelujah.
ਚਾਰ ਪਿੱਛੇ ਹੋਰ ਸੁਣੋ, ਇਹ ਵੀ ਤੁਹਾਨੂੰ ਨਹੀਂ ਸੁਣਾਇਆ ਮੈਂ ਇੱਥੇ, ਪਰ ਮੈਂ ਕੋਸ਼ਿਸ਼ ਕਰਦਾ ਨਵਾਂ ਕਥਾ ਕਰਕੇ ਤੁਹਾਨੂੰ ਫੋਨ ਤੋਂ ਸੁਣਾ ਦੇਣਾ। ਜਿਸ ਬਾਦਸ਼ਾਹ ਅਲੀ ਸੇ ਗੁਲਸ਼ਤਾਰਾ ਹੈ ਤੂੰ, ਜਿਸ ਬਾਦਸ਼ਾਹ ਅਲੀ ਸੇ 78 ਸਾਲ ਪੂਰੇ ਹੋ ਗਏ, 38 ਮੁਹਰਮ ਮੈਂ ਪੜ ਖਲੋਤਾ, ਮੇਰੇ ਵਾਸਤੇ ਤੁਹਾਡੇ ਚੋਂ ਬੰਦੇ ਨਵਾਂ ਕੋਈ ਨਹੀਂ, ਚਾਰ ਨਸਲਾਂ ਮੈਂ ਸੁਣ ਕੇ ਜਵਾਨ ਹੋ ਗਈਆਂ ਨੇ, ਬੋਲੋ ਤਾਂ ਵੀ ਠੀਕ ਹੈ, ਨਾ ਬੋਲੋ ਜਿਹੜੀ ਦਾਤ ਹੁਣ ਤੱਕ ਹੋ ਗਈ, ਇੱਕ ਜਲਸੇ ਤੀਤਰੀ ਦਾਤ ਹੈ, ਇਸ ਤੋਂ ਵੱਡੀ ਦਾਤ ਨਹੀਂ ਹੁੰਦੀ ਜਿਹੜੀ ਮੈਂ ਹੁਣ ਤੱਕ ਲੈ ਚੁੱਕਿਆ। ਮੈਂ ਕਹਿ ਜਿਸ ਬਾਦਸ਼ਾਹ ਅਲੀ ਸੇ ਉਲਝਦਾ ਰਹਾ ਹੈ ਤੂੰ, ਮਾਸੂਮ ਫੂਟਤੇ ਹੈ ਉਸੀ ਕੀ ਜ਼ਮੀਨ ਸੇ, ਤੇਰੀ ਕਸਮ ਹੈ ਇਹ ਮੇਰੀ ਮਰਜ਼ੀ ਕੀ ਦਾਤ ਹੈ, ਕਰੋੜ ਕਰੋੜ ਸਲਾਮ ਹੈ ਉਸ ਇੱਜ਼ਤਦਾਰ ਮਾਤਮੀ ਕੋ ਜੋ ਇਸ ਇਸ ਕਾਫੀਏ ਮੇ ਇਸ ਵਿਸ਼ੇ ਮੇ ਬੋਲਾ ਹੈ, ਅੱਲਾਹ ਆਪਕੋ ਇੱਜ਼ਤ ਦੇ, ਖੁਦਾ ਕਰੇ ਯੇ ਜ਼ਬਾਨੇ ਸਲਾਮਤ ਰਹੇ। 14 ਕੀ ਮੌਜੂਦਗੀ ਕੇ ਸਮੇਂ ਪਰ ਮੈਂ ਸ਼ੌਕਤ ਰਾਜ਼ੀ ਹੋ ਗਿਆ ਹੈ, ਜਿਸ ਬਾਦਸ਼ਾਹ ਅਲੀ ਸੇ ਉਲਝਦਾ ਰਹਾ ਹੈ, ਮੁਝੇ ਇੱਕ ਹੁਕਮ ਪੂਰਾ ਕਰਨਾ ਹੈ, ਗਰੀਬ ਪੇ ਮੇਰੀ ਨਜ਼ਰ ਹੈ, ਜਿਸ ਬਾਦਸ਼ਾਹ ਅਲੀ ਸੇ ਉਲਝਦਾ ਰਹਾ ਹੈ ਤੂੰ, ਮਾਸੂਮ ਫੂਟਤੇ ਹੈ ਉਸੀ ਕੀ ਜ਼ਮੀਨ ਸੇ, ਮਾਰਗੋ ਨਹੀਂ ਮੈਂ ਕਹਿ ਰਹਾ ਹੂੰ, ਯੇ ਰਮਜ਼ੇ ਬੰਦਗੀ ਹੈ ਕਿ ਤਰਜ਼ੇ ਮੁਨਾਫਿਕਤ, ਚਾਹਤ ਮਕਾਨ ਸੇ ਹੈ ਅਦਾਵਤ ਮਕੀ।